ਸੈਕਟਰੀਏਟ ਦੇ ਕਲਚਰ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤਕਰੀਬਨ ਸੈਕਟਰੀਏਟ ਦਾ ਜਿਹੜਾ 80-90% ਕੰਮ ਹੈ ਉਹ ਸੀਨੀਅਰ ਸਹਾਇਕ ਵੱਲੋਂ ਕੀਤਾ ਜਾਂਦਾ। ਇਹ ਗੱਲ ਤਾਂ ਸਾਰੇ ਪਰਿਬੰਧੀ ਜਾਣੂ ਹੋ। ਸੋ ਸਾਥੀਓ, ਇਹ ਕਲਚਰ ਆਪਾਂ ਸੁਧਾਰਨਾ ਹੈ। ਅਸੀਂ ਪਹਿਲਾਂ ਵੀ ਇਹ ਚੀਜ਼ ਦੀ ਗੱਲ ਕੀਤੀ ਸੀ। ਹੁਣ ਤੁਸੀਂ ਆਪ ਦੇਖੋ, ਮੈਂ ਨਾਮ ਨਹੀਂ ਲਊਂਗਾ, ਪਰ ਸਾਡਾ ਸਾਥੀ ਸੀਨੀਅਰ ਸਹਾਇਕ ਹੈ, ਪਰਸੋਨਲ ਵਿਭਾਗ 'ਚ ਤੈਨਾਤ ਹੈ। ਉਹ ਮੇਰੇ ਸਾਥੀ ਨੂੰ ਬਿਨਾਂ ਕਿਸੇ ਗਲਤੀ ਤੋਂ ਸਸਪੈਂਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਈ ਨਾਮ ਫਾਈਲ 'ਤੇ ਪਹਿਲਾਂ ਅਪਰੂਵਡ ਸੀਗੇ, ਉਹ ਅਪਰੂਵਡ ਫਾਈਲ ਨੀਚੇ ਆਈ, ਉਸ ਤੋਂ ਬਾਅਦ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਸੀ, ਫਿਰ ਮਿਸਲ ਸਾਰੀ ਬਣ ਕੇ ਸੀਐਮ ਸਾਹਿਬ ਨੂੰ ਦੁਬਾਰੇ ਜਾਣੀ ਸੀਗੀ। ਉੱਥੇ ਸੀਐਮ ਸਾਹਿਬ ਦੇ ਕੁਝ ਕਮੈਂਟ ਇਹੋ ਜਿਹੇ ਸੀ ਜਿਹਦੇ ਕਰਕੇ ਅਪਰੂਵਡ ਅਤੇ ਅਪਰਾਈਜ਼ਡ ਦੇ ਵਿੱਚ ਜੋ ਫਰਕ ਸੀ ਉਹ ਸਮਝ ਨਹੀਂ ਸੀ ਆ ਰਿਹਾ, ਜਿਹਦੇ ਕਰਕੇ ਸੀਨੀਅਰ ਸਹਾਇਕ ਅਤੇ ਉਹਦੀ ਸ਼ਾਖਾ ਵੱਲੋਂ ਹਰ ਵਾਰ ਆਪਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ, ਸੀਐਮ ਦਫ਼ਤਰ ਜਾਇਆ ਗਿਆ, ਵਾਰੀ ਵਾਰੀ ਜਾ ਕੇ ਪੁੱਛਿਆ ਗਿਆ ਕਿ ਸਰ ਆਹ ਕੀ ਲਿਖਿਆ ਹੋਇਆ। ਤਾਂ ਉੱਥੇ ਇਹੀ ਚੀਜ਼ ਕਹੀ ਗਈ ਵੀ ਅਪਰੂਵਡ ਲਿਖਿਆ ਹੋਇਆ। ਉਹਦੇ ਹਿਸਾਬ ਨਾਲ ਉਹਨਾਂ ਨੇ ਚਿੱਠੀ ਜਾਰੀ ਕਰਤੀ, ਉਹ ਚਿੱਠੀ ਕੋਈ ਜਾਰੀ ਹੋਣੀ ਨਹੀਂ ਬਣਦੀ ਸੀ। ਪਰ ਤੁਸੀਂ ਮੈਨੂੰ ਆਪ ਦੱਸੋ, ਇਹ ਸੀਨੀਅਰ ਸਹਾਇਕ ਦਾ ਕੀ ਕਸੂਰ ਹੈ? ਸੀਨੀਅਰ ਸਹਾਇਕ ਦਾ ਕੰਮ ਹੈ ਨੋਟਿੰਗ ਦੇ ਪੁੱਟ ਅਪ ਕਰਕੇ ਆਪਦੇ ਅਫਸਰਾਂ ਦੇ ਧਿਆਨ 'ਚ ਲਿਆ ਕੇ ਆਰਡਰ ਲੈਣੇ। ਜਦ ਸਾਰੇ ਅਫਸਰਾਂ ਨੇ ਸੈਕਟਰੀ ਲੈਵਲ ਤੱਕ ਘੁੱਗੀ ਮਾਰੀ ਆ ਫਾਈਲ 'ਤੇ, ਤਾਂ ਇਹ 'ਚ ਕਿਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ? ਫਿਰ ਇਹਦਾ ਭਾਰ ਸੀਨੀਅਰ ਸਹਾਇਕ ਕਿਉਂ ਉਠਾਉਂਦਾ? ਸਾਡਾ ਇੱਥੇ ਇਹ ਮਤਲਬ ਹੈ ਕਹਿਣ ਦਾ, ਜਦੋਂ ਸੀਨੀਅਰ ਸਹਾਇਕ ਤੋਂ ਸੁਪਰਡੈਂਟ ਪ੍ਰਮੋਟ ਹੋਇਆ ਜਾਂਦਾ ਹੈ, ਸੁਪਰਡੈਂਟ ਤੋਂ ਅਧੀਨ ਸਕੱਤਰ, ਡਿਪਟੀ ਸੈਕਟਰੀ, ਜੁਆਇੰਟ ਸੈਕਟਰੀ, ਤਾਂ ਸ਼ਾਇਦ ਸੈਕਟਰੀ ਲੈਵਲ ਤੇ ਸਟੇਜਾਂ ਤੇ ਜਾ ਕੇ ਇਹ ਭੁੱਲ ਜਾਂਦੇ ਨੇ ਸਾਰੇ ਕਿ ਸੀਨੀਅਰ ਸਹਾਇਕ ਇੱਕ ਸੇਵਾਦਾਰ ਕੈਟੇਗਰੀ ਤੋਂ ਲੈ ਕੇ ਸੈਕਟਰੀ ਲੈਵਲ ਤੱਕ ਦੇ ਸਾਰੇ ਕੰਮ ਕਰਦਾ ਤੁਰਿਆ ਫਿਰੀ ਜਾਂਦਾ। ਉਹਨੂੰ ਕੀ ਇਨਾਮ ਮਿਲਦਾ? ਧੱਕੇ। ਲਾਸਟ ਦੇ ਲਿਖਦੇ ਨੇ 2 ਲੈਣਾ ਲਿਖ ਦਿਓ। ਇਹ 2 ਲੈਣਾ ਕਰ ਕਰਕੇ ਹੁਣ ਸਾਡਾ ਜਿਹੜਾ ਸਾਥੀ ਹੈ ਉਹ ਸਸਪੈਂਡ ਹੋ ਗਿਆ। ਉਹਦਾ ਸਾਨੂੰ ਬਹੁਤ ਰੋਸ ਹੈ, ਮੰਗਾਂ ਦੇ ਨਾਲ ਨਾਲ ਆਪਦੇ ਆਪ ਦਾ ਕਿਰਦਾਰ ਸੁਧਾਰਨ ਦਾ ਰੋਸ ਬਹੁਤ ਜ਼ਿਆਦਾ ਹੈ। ਸਾਥੀਓ, ਤੁਸੀਂ ਪੰਜਾਬ ਦੇ ਵਾਸੀ ਹੋ, ਪੰਜਾਬ ਦੇ, ਤੁਸੀਂ ਇਹ ਨਾ ਭੁੱਲੋ ਤੁਹਾਡੇ 'ਚ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਏ ਵਰਗੇ ਯੋਧਿਆਂ ਦਾ ਖੂਨ ਹੈ। ਤੁਹਾਡੇ ਸਾਰਿਆਂ ਦੇ ਇਹ ਜਜ਼ਬੇ ਕਰਕੇ, ਤੁਹਾਡੇ ਸਾਰਿਆਂ ਦੀ ਇੱਕਜੁੱਟਤਾ ਕਰਕੇ ਇਹ ਸਰਕਾਰਾਂ ਨੇ ਗੋਡੇ ਭਾਰ ਆਉਣਾ। ਉਹਦਾ ਸਬੂਤ ਤੁਸੀਂ ਆਲਰੇਡੀ ਦੇ ਚੁੱਕੇ ਹੋ ਇਕੱਠੇ ਹੋ ਕੇ। ਤੁਸੀਂ ਅੱਜ ਜਿਹੜੇ ਇਕੱਠੇ ਹੋਏ ਹੋ ਤਾਂ ਵਿਧਾਨ ਸਭਾ ਵਾਲਿਆਂ ਨੂੰ ਲਾਲੇ ਪੈ ਗਏ ਲਾਲੇ। ਹੁਣ ਵਿਧਾਨ ਸਭਾ 15 ਤਰੀਕ ਤੱਕ ਚੱਲਣੀ ਸੀ, ਸਾਰਿਆਂ ਨੇ ਬਿਜਨਸ ਪੜਿਆ ਹੋਣਾ, ਸ਼ਡਿਊਲ ਪੜਿਆ ਹੋਣਾ, ਤਾਂ ਵੀ ਅਜੇ ਬਿੱਲ ਪਾਸ ਵੀ ਨਹੀਂ ਹੋਏ, ਵਿਧਾਨ ਸਭਾ ਪਹਿਲੇ ਸਥਗਿਤ ਕਰਤੀ। ਤਾਂ ਇਹ ਤੁਹਾਡੇ ਸਾਰਿਆਂ ਦਾ ਇਕੱਠ ਉਰੇ ਪੂਰਾ ਠਾਠਾ ਮਾਰਦਾ ਜਿਹੜਾ ਬੋਲ ਰਿਹਾ, ਪੰਜਾਬ 'ਚ, ਮੋਹਾਲੀ 'ਚ, ਚੰਡੀਗੜ੍ਹ ਦੇ ਵੱਖ ਵੱਖ ਦਫ਼ਤਰਾਂ 'ਚ ਮੁਲਾਜ਼ਮ ਲਹਿਰ ਸ਼ੁਰੂ ਹੋ ਚੁੱਕੀ ਹੈ। ਜੇ ਕਿਤੇ ਸਰਕਾਰ ਨੂੰ ਇਹ ਵਹਿਮ ਹੋਵੇ ਕਿ ਮੁਲਾਜ਼ਮ ਸਾਡਾ ਕੁਛ ਨਹੀਂ ਕਰ ਸਕਦੇ, ਤਾਂ ਸਰਕਾਰ ਆਪਦੇ ਦਿਮਾਗ 'ਤੇ ਗਲਤ ਫਹਿਮੀ ਕੱਢ ਦੇ, ਕਿਉਂਕਿ ਮੁਲਾਜ਼ਮ ਹੁਣ ਖੜੇ ਹੋ ਚੁੱਕੇ ਨੇ ਅਤੇ ਮੁਲਾਜ਼ਮ ਨੇ ਹੁਣ ਸਰਕਾਰ ਨੂੰ ਗੋਡਿਆਂ ਪਰ ਕਰਨਾ ਠਾਣ ਰੱਖਿਆ। ਸੋ ਸਾਥੀਓ, ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਜਿਹੜੇ ਮੇਰੇ ਸਾਥੀ ਇੱਥੋਂ ਖੇਰੂ ਹੋ ਕੇ ਥੋੜ੍ਹੇ ਬਹੁਤ ਖਿਲਰ ਚੁੱਕੇ ਨੇ, ਤਾਂ ਜੇ ਮੇਰੀ ਆਵਾਜ਼ ਉਹਨਾਂ ਤੱਕ ਜਾਂਦੀ ਹੈ, ਜੇ ਮੇਰੇ ਸਾਥੀ ਉਰੀ ਨੇ, ਤਾਂ ਕਿਰਪਾ ਕਰਕੇ ਥੱਲੇ ਆਇਆ ਜਾਵੇ, ਥੱਲੇ ਆ ਕੇ ਰੈਲੀ ਦਾ ਹਿੱਸਾ ਬਣਿਆ ਜਾਵੇ, ਤਾਂ ਜੋ ਜਿਹੜੇ ਤੇ ਸਾਥੀ ਨੇ ਆਪਦੇ ਸਾਰਿਆਂ ਦੇ ਸਿਰਾਂ ਦੀ ਗਿਣਤੀ ਹੋ ਸਕੇ। ਸਾਥੀਓ, ਤੁਸੀਂ ਉਰੇ ਹੋ ਤਾਂ ਇੰਟੈਲੀਜੈਂਸ ਦੀ ਜਿਹੜੀ ਰਿਪੋਰਟ ਜਾਂਦੀ ਹੈ ਉਹ ਦੂਰੋਂ ਖੜੇ ਬੰਦੇ ਗਿਣ ਲੈਂਦੇ ਨੇ ਵੀ ਕਿੰਨੇ ਬੰਦੇ ਖੜੇ ਆ ਉਰੇ। ਸੋ ਅੱਜ ਬਹੁਤ ਸੋਹਣਾ ਇਕੱਠ ਹੈ, ਠਾਠਾ ਮਾਰਦਾ ਇਕੱਠ ਹੈ ਸੈਕਟਰੀਏਟ 'ਚ। ਅੱਜ ਇੰਟੈਲੀਜੈਂਸ ਰਿਪੋਰਟ ਜਿਹੜੀ ਜਾਊਗੀ ਉਹਦੀ ਰਿਪੋਰਟ ਤੁਹਾਨੂੰ ਮਿਲੂਗੀ ਕਿ ਤੁਹਾਡੇ ਉਰੇ ਆਉਣ ਕਰਕੇ ਅਸੀਂ ਕੀ ਖੱਟਿਆ ਤੇ ਕੀ ਗਵਾਇਆ। ਸੋ ਸਾਥੀਓ, ਆਪ ਸਭ ਨੂੰ ਬੇਨਤੀ ਹੈ ਕਿ ਸਾਰੇ ਸੀਨੀਅਰ ਸਹਾਇਕ ਕਲਰਕ, ਮੈਂ ਇਹਨਾਂ ਦੀ ਖਾਸ ਤੌਰ ਤੇ ਤਾਂ ਗੱਲ ਕਰ ਰਿਹਾ ਕਿਉਂਕਿ ਅਸੀਂ ਪੰਜਾਬ ਸਿਵਲ ਸਕੱਤਰ ਸਟਾਫ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਦੇ ਹਾਂ। ਇਹ ਐਸੋਸੀਏਸ਼ਨ ਦੇ ਵਿੱਚ ਜਿਹੜੀ ਤੁਹਾਡੀ ਐਸੋਸੀਏਸ਼ਨ ਹੈ, ਇਹਦੇ 'ਚ ਕਲਰਕ ਸੀਨੀਅਰ ਸਹਾਇਕ ਦੇ ਫੁਟਕਲ ਅਮਲੇ ਦੀ ਗੱਲ ਕੀਤੀ ਜਾਂਦੀ ਹੈ।
ਇਹ ਤੁਹਾਡੀ ਇਕੱਲੀ ਇਹੋ ਜਿਹੀ ਐਸੋਸੀਏਸ਼ਨ ਹੈ ਜਿਹਦੇ ਵਿੱਚ ਕੈਡਰ ਬਹੁਤ ਜ਼ਿਆਦਾ ਹੈ, ਸਭ ਤੋਂ ਵੱਡਾ ਕੈਡਰ ਤੁਹਾਡਾ ਹੈ। ਜੇ ਸੀਨੀਅਰ ਸਹਾਇਕ ਜਿਵੇਂ ਸਾਡੇ ਭਰਾ ਨਾਲ ਗਲਤ ਹੋਇਆ ਉਸ ਹਿਸਾਬ ਨਾਲ ਸਾਰੇ ਸੀਨੀਅਰ ਸਹਾਇਕ ਜੇ ਕਹਿ ਦੇਣ ਕਿ ਅਸੀਂ ਕੰਮ ਨਹੀਂ ਕਰਦੇ ਰਹੀ ਇਹਦੀ ਸਸਪੈਂਸ਼ਨ ਵਾਪਸ ਲਓ, ਇਹ ਇੱਕ ਤੁਹਾਡੇ ਸਾਰੇ ਜੁੜਨਾ ਚਾਹੀਦਾ। ਸੋ ਸਾਥੀਓ ਤੁਹਾਨੂੰ ਮੰਗਾਂ ਦਾ ਸਾਰਾ ਕੁਝ ਪਤਾ ਲੱਗ ਗਿਆ। ਸੈਕਟਰੀਏਟ ਦੀ ਅੱਗੇ ਜਿਹੜੀ ਰੂਪਰੇਖਾ ਘੜੀ ਜਾਣੀ ਹੈ ਉਹਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਕਰੈਕਟ ਦਿੰਦਾ। ਜਿਹੜੀ ਇਹ ਰੂਪਰੇਖਾ ਘੜੀ ਜਾਣੀ ਹੈ, ਹੁਣ ਜਿਹੜੇ ਸੀਨੀਅਰ ਸਹਾਇਕਾਂ ਦੇ ਬੈਚ ਨੇ 2011 ਤੋਂ ਲੈ ਕੇ 2021 ਬਾਈ ਤੱਕ ਜਿੰਨੇ ਵੀ ਸੀਨੀਅਰ ਸਹਾਇਕ ਨੇ, ਚਾਹੇ ਉਹ ਪ੍ਰਮੋਟ ਹੋਏ ਨੇ ਚਾਹੇ ਉਹ ਡਾਇਰੈਕਟ ਆਏ ਨੇ, ਹੁਣ ਉਹਨਾਂ ਸਾਰਿਆਂ ਬੈਚਾਂ ਦੇ ਤਿੰਨ ਤਿੰਨ ਚਾਰ ਚਾਰ ਰਿਪ੍ਰੈਜੈਂਟੇਟਿਵਾਂ ਨਾਲ ਮੀਟਿੰਗ ਸ਼ੁਰੂ ਹੋਊਗੀ ਸਾਡੀ ਐਸੋਸੀਏਸ਼ਨ ਵੱਲੋਂ। ਜੀ ਚ ਜਿਹੜੀਆਂ ਸੀਨੀਅਰ ਸਹਾਇਕ ਕਲਰਕ ਤੇ ਹੋਰ ਕਿਸੇ ਕੈਟੇਗਰੀ ਨੂੰ ਜਿਹੜੀਆਂ ਖਾਸ ਤੌਰ ਤੇ ਦਿੱਕਤਾਂ ਆ ਰਹੀਆਂ ਨੇ ਉਹ ਇੱਕ ਖਾਲੀ ਸਫੇ ਤੇ ਤਾਰੀਆਂ ਜਾਣਗੀਆਂ। ਸਪੋਜ ਕਰੋ 10 ਬੈਚ ਨੇ ਤਾਂ 10 ਬੈਚਾਂ ਚੋਂ ਚਾਰ ਚਾਰ ਬੰਦੇ ਲੈ ਕੇ 40 ਬੰਦਿਆਂ ਨਾਲ ਗੱਲ ਕਰਕੇ ਇੱਕ ਪ੍ਰੋਪਰ ਲੈਟਰ ਬਣਾਇਆ ਜਾਊਗਾ, ਜਿਹ 'ਚ ਸੀਨੀਅਰ ਸਹਾਇਕ ਨੂੰ ਜਿਹੜੀ ਦਿੱਕਤ ਆ ਰਹੀ ਹੈ ਉਹ ਜਨਰਲ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਦੇ ਮੂਹਰੇ ਰੱਖੀ ਜਾਊਗੀ ਤੇ ਚਿੱਠੀ ਕਢਵਾਈ ਜਾਊਗੀ ਵੀ ਸੀਨੀਅਰ ਸਹਾਇਕ ਦਾ ਅਜਿਹਾ ਕੰਮ ਨਾ ਲਿਆ ਜਾਵੇ। ਹੁਣ ਸਾਡੇ ਲੀਗਲ ਕਲਰਕ, ਹੁਣ ਆ ਮੇਰੇ ਸਾਥੀ ਲੀਗਲ ਕਲਰਕ ਹੈ, ਸਾਡੀ ਐਸੋਸੀਏਸ਼ਨ ਦਾ ਨੁਮਾਇੰਦਾ ਹੈ, ਇਹਨੂੰ ਸਾਲ ਡੇਢ ਸਾਲ ਹੋ ਗਿਆ ਸੈਕਟਰੀਏਟ ਦੇ ਵਿੱਚ। ਹੁਣ ਮੇਰੇ ਕੁਝ ਸਾਥੀ ਕਲਰਕ ਆਏ ਨੇ, ਕੁਝ ਨਵੇਂ ਲੀਗਲ ਕਲਰਕ ਆਏ ਨੇ, ਉਹ ਜਿਹੜੇ ਲੀਗਲ ਕਲਰਕ ਨੇ ਉਹਨਾਂ ਦੀ ਜਿਹੜੀ ਤਨਖਾਹ ਹੈ ਬੇਸਿਕ 19,900 ਹੈ। ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਅੱਗੇ ਵੀ ਬਹੁਤ ਵਾਰੀ ਦੱਸਿਆ ਕਿ ਤੁਸੀਂ ਆਪਦੇ ਆਪ ਨੂੰ ਗ੍ਰੈਜੂਏਟ ਨਾ ਸਮਝੋ, ਆਪਦੇ ਆਪ ਦੀ ਜਿਹੜੀ ਪ੍ਰੈਕਟਿਸ ਕੀਤੀ ਹੋਈ ਹੈ ਉਹ ਨਾ ਸਮਝੋ, ਤੁਸੀਂ ਇਹ ਸਮਝੋ ਵੀ ਤੁਸੀਂ 12ਵੀਂ ਪਾਸ ਹੋ 12ਵੀਂ ਪਾਸ, ਕਿਉਂਕਿ ਜਿਹੜੀ ਸੈਂਟਰ ਸਰਕਾਰ ਦੇ ਪੇ ਸਕੇਲ ਨੇ ਉਹ 'ਚ ਜਿਹੜਾ 12ਵੀਂ ਪਾਸ ਤੋਂ ਬਾਅਦ ਜਿਹਨੂੰ 19,900 ਮਿਲਦਾ ਉਹ SSC ਦੇ CHSL ਵਾਲੇ ਪੇਪਰ ਤੋਂ ਬਾਅਦ ਉੱਥੇ ਜਾਂਦੇ ਨੇ। ਤਾਂ ਤੁਹਾਨੂੰ ਸਰਕਾਰ ਨੇ 12ਵੀਂ ਪਾਸ ਸਮਝਿਆ, ਸਾਡੀ ਜਿਹੜੀ ਐਸੋਸੀਏਸ਼ਨ ਹੈ ਤੁਹਾਡੀ ਸਾਰਿਆਂ ਦੀ ਜਿਹੜੀ ਐਸੋਸੀਏਸ਼ਨ ਹੈ ਸਾਨੂੰ ਆਪਣੇ ਸਾਥੀਆਂ ਦੇ ਚਿਹਰੇ ਦੇਖ ਕੇ ਪਤਾ ਵੀ ਇਹ ਸਾਥੀ ਦੀ ਆਹ ਮੰਗ ਹੈ, ਫਲਾਣੇ ਸਾਥੀ ਦੀ ਆਹ ਮੰਗ ਹੈ, ਉਹ ਮੇਰਾ ਸਾਥੀ ਕਿਹੜਾ 36 ਕਰਮਚਾਰੀਆਂ ਵਾਲਾ, 36 ਕਰਮਚਾਰੀ ਇਹ ਸਾਡੇ ਉਹ ਸਾਥੀ ਨੇ ਜਿਨ੍ਹਾਂ ਨੇ ਸੇਵਾਦਾਰ ਤੋਂ ਲੈ ਕੇ ਜਦੋਂ ਕਲਰਕ ਪ੍ਰਮੋਟ ਹੋਣਾ ਸੀ ਇਹਨਾਂ ਦੀ ਡੇਟ ਰੱਖੀ ਗਈ। ਤੁਹਾਨੂੰ ਮੈਂ ਦੱਸਦਾ ਸਾਥੀ ਉਹ ਸਰਕਾਰ ਆਪਣੇ ਨਾਲ ਕਿਵੇਂ ਖਿਲਵਾੜ ਕਰਦੀ ਹੈ, ਅੱਧੀਆਂ ਗੱਲਾਂ ਦਾ ਤੁਹਾਨੂੰ ਪਤਾ ਹੀ ਹੈ ਨਹੀਂ। ਹੁਣ ਇਹ ਮੇਰੇ ਸਾਥੀਆਂ ਦੀ ਪੇਪਰ ਦੀ ਡੇਟ ਡਿਸਾਈਡ ਹੋ ਗਈ ਸੀ, ਉਸੇ ਦਿਨੇ ਪਰਸੋਨਲ ਦੀ ਇੱਕ ਪਾਲਿਸੀ ਆਉਂਦੀ ਹੈ ਜਿਹਦੇ ਨਾਲ ਇਹਨਾਂ ਦਾ ਪੇਪਰ ਅੱਗੇ ਹੋ ਜਾਂਦਾ, ਤਾਂ ਉਹ ਇੰਨਾ ਅੱਗੇ ਕਰ ਦਿੱਤਾ ਜਾਂਦਾ ਕਿ ਜਿਹੜੇ ਨਵੇਂ ਸਕੇਲ ਲਾਗੂ ਹੋਏ ਨੇ 17-7-20 ਦੇ ਉਸ ਤੋਂ ਬਾਅਦ ਇਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ, ਤਾਂ ਕਿ ਜਿਹੜੀ ਇਹਨਾਂ ਦੀ ਤਨਖਾਹ ਹੈ ਉਹ ਘਟੇ, ਹੋਰ ਘਟੇ, ਇਹਨਾਂ ਦੀ ਤਨਖਾਹ 10-10,000 ਰੁਪਏ ਘੱਟ ਗਈ ਹੈ। ਇਹਦੀ ਆਵਾਜ਼ ਕਿਹਨੇ ਬੁਲੰਦ ਕਰਨੀ ਹੈ? ਤੁਹਾਨੂੰ ਸਾਰਿਆਂ ਨੇ ਬੁਲੰਦ ਕਰਨੀ ਹੈ। ਸੋ ਸਾਥੀਓ ਅਜਿਹੀਆਂ ਬਹੁਤ ਗੱਲਾਂ ਨੇ ਕਰਨ ਨੂੰ, ਹੌਲੀ ਹੌਲੀ ਟੇਬਲ 'ਤੇ ਕਰਾਂਗੇ, ਅੱਗੇ ਰੈਲੀਆਂ 'ਚ ਕਰਾਂਗੇ, ਅੱਜ ਜਿਹੜਾ ਸਮਾਂ ਉਹ ਮੈਨੂੰ ਇੰਨਾ ਕੀ ਮਿਲਿਆ ਤੁਹਾਡੇ ਲਈ। ਸੋ ਸਾਥੀਓ ਆਪਦੇ ਸਾਰੇ ਫਰਜ਼ ਸਮਝੋ, ਸਾਰੇ ਇਕੱਠੇ ਰਹੋ ਸਾਥੀਓ, ਜਿਹੜਾ ਮੁੱਠੀ ਦੀ ਇਕੱਲੀ ਇਕੱਲੀ ਉਂਗਲ ਹੈ ਜੁੜ ਕੇ ਮੁੱਠੀ ਇੱਕ ਬਣਦੀ ਹੈ, ਅਤੇ ਇਹ ਜਦੋਂ ਮੁੱਠੀ ਸਰਕਾਰ ਦੇ ਮੂੰਹ 'ਤੇ ਮਾਰ ਲਓ, ਸਿਰ 'ਤੇ ਮਾਰ ਲਓ, ਇਹ ਮੁੱਠੀ ਜਿਹੜੀ ਬਣਨੀ ਹੈ ਤੁਹਾਡੇ ਸਾਰਿਆਂ ਦੇ ਇੱਕ ਕਰਕੇ ਬਣਨੀ।